ਬੇਟਾ ਆਮ ਆਦਮੀ ਪਾਰਟੀ ਹੈ ਹੀ ਨਹੀਂ, ਜੇ ਜਿਵੇਂ ਆਮ ਆਦਮੀ ਪਾਰਟੀ ਉਹ ਪਿਛਲਾ ਪਾਰਲੀਮੈਂਟ ਦਾ ਚੋਣ ਲੜਾਇਆ ਪਾ, ਐਤਕੀ ਕਿਉਂ ਨਹੀਂ ਫਿਰ ਲੜਾਇਆ ਉਹਨੂੰ? ਨਹੀਂ ਤੁਸੀਂ ਕਾਂਗਰਸ ਕਾਂਗਰਸੀ ਰਹੋਗੇ, ਕਾਂਗਰਸੀ ਰਹੋਗੇ, ਬਦਲੋਗੇ ਤਾਂ ਨਹੀਂ? ਹੁਣ ਬਾਕੀ ਹੁਣ ਕਰ ਕਾਗਦਾ ਹੋਇਆ ਬਦਲ ਕੀ ਹੋ ਗਿਆ, ਹੁਣ ਤਾਂ ਟਿਕਟਾਂ ਵੀ ਹੋ ਗਈਆਂ, ਸਾਨੂੰ ਤਾਂ ਬਥੇਰੇ ਬੜੇ ਬੜੇ ਲੀਡਰ ਸਾਡੇ ਨੂੰ ਚਾਹੁੰਦੇ ਤੇ, ਪਰ ਅਸੀਂ ਕਾਂਗਰਸ ਜਿਹੜੀ ਜਿਹੜੇ ਬੰਦ ਕਾਂਗਰਸ ਦੇ ਵਿੱਚ ਮਾਫੀਆ ਦੇ ਖਿਲਾਫ ਹੈ, ਚਾਹੇ ਕਿਸੇ ਪਾਰਟੀ 'ਚ ਹੋਵੇ ਚਾਹੇ ਦੂਸਰੀਆਂ ਪਾਰਟੀਆਂ ਦਾ ਹਾਲ। ਸਿੱਧੂ ਤੁਹਾਡੇ ਬੜੇ ਕਲੋਜ਼ ਨੇ, ਉਹ ਪ੍ਰਚਾਰ ਨਹੀਂ ਕਰ ਰਹੇ ਕਾਂਗਰਸ ਲਈ, ਸਟਾਰ ਪ੍ਰਚਾਰਕ ਵੀ ਬਣਾਇਆ, ਸਿੱਧੂ ਹੋਰਾਂ ਦਾ ਕੀ ਮੂਡ ਕੀ ਹੈ? ਇਹ ਤਾਂ ਤੁਸੀਂ ਸਿੱਧੂ ਨਾਲ ਗੱਲ ਕਰੋ, ਤੁਹਾਡੇ ਸਾਥੀ ਤੁਹਾਡੇ ਨਾਲ ਮੀਟਿੰਗ ਵੀ ਕੀਤੀ ਜਦੋਂ ਆਈ, ਕੀ ਕਿਹਾ ਸਿੱਧੂ? ਦੇਖੋ ਮੇਰਾ ਸਾਥ ਚੰਗਾ ਬੰਦਾ ਹੈ, ਉਹ ਕਰਾਊਡ ਪੁੱਲਰ ਹੈ, ਇਮਾਨਦਾਰ ਬੰਦਾ, ਉਹ ਪਾਪੂਲਰ ਬੰਦਾ ਹੈ, ਉਹਦੇ ਮਗਰ ਜਿੱਥੇ ਜਾਂਦਾ ਲੋਕ ਇਕੱਠੇ ਹੁੰਦੇ ਨੇ, ਕਰੇਜ਼ ਹੈ ਲੋਕਾਂ 'ਚ, ਇਹ ਤਾਂ ਹੁਣ ਉਹੀ ਜਵਾਬ ਦੇ ਸਕਦਾ ਕਿਉਂ ਨਹੀਂ ਜਾਂਦਾ? ਤੁਹਾਡੀ ਗੱਲਬਾਤ ਹੋਈ, ਤੁਸੀਂ ਉਹਨਾਂ ਤਾਂ ਹੁੰਦੀ ਰਹਿੰਦੀ ਹੈ, ਕੀ ਕਹਿੰਦੇ ਹੋ? ਮੇਰੀ ਹੁੰਦੀ ਰਹਿੰਦੀ ਹੈ ਗੱਲਬਾਤ, ਕੀ ਕਹਿੰਦੇ? ਪਰ ਉਹ ਦੇਖੋ ਮੈਂ ਆਪਣੀ ਜਗ੍ਹਾ, ਸਿੱਧੂ ਆਪਣੀ ਜਗ੍ਹਾ, ਮੈਂ ਚੰਗੇ ਬੰਦਿਆਂ ਦੇ ਨਾਲ ਧੱਕਾ ਹੋਇਆ, ਸਿੱਧੂ ਨਾਲ ਕਾਂਗਰਸ ਧੱਕਾ ਹੋਇਆ, ਦੇਖੋ ਇਹ ਤਾਂ ਉਹ ਦੱਸ ਸਕਦਾ, ਪਰ ਜੇ ਮੈਂ ਕਹਿ ਸਕਦਾ ਸਿੱਧੂ ਕਾਂਗਰਸ 'ਚ ਹੈਗਾ, ਉਹਨੂੰ ਤਾਂ ਉਹ ਜਿਵੇਂ ਕਿਉਂਕਿ ਜਿਹੜੀ ਜਿਹਦੇ ਬੰਦਿਆਂ ਦੀ ਸੋਚ ਹੈ ਪੰਕਜ ਜੀ, ਉਹ ਆਪਣੀ ਸੋਚ ਦੇ ਮੁਤਾਬਕ ਗੱਲ ਕਰਦੇ ਨੇ, ਠੀਕ ਹੈ। ਅਸੀਂ ਮੇਰੇ ਬਾਰੇ ਤੁਸੀਂ ਵੀ ਹੁਣ ਕੁਐਸਚਨ ਕੀਤਾ, ਸਾਰੀ ਉਮਰ ਤਾਂ ਅਸੀਂ ਪਾਰਟੀ 'ਚ ਲਾ ਤੀ, ਪਾਰਟੀ ਜਦੋਂ ਅੱਤਵਾਦ ਦੇ ਵਿੱਚ ਕਾਂਗਰਸ ਦਾ ਇੱਕ ਝੰਡਾ ਨਹੀਂ ਸੀ ਚੱਕਦਾ, ਉਦੋਂ ਅਸੀਂ ਕਾਂਗਰਸ ਨੂੰ ਖੜ੍ਹਾ ਕੀਤਾ ਉਹ ਜ਼ਮਾਨੇ 'ਚ, ਜਿਹੜੇ ਕਾਂਗਰਸ ਨੂੰ ਕਾਂਗਰਸੀਆਂ ਨੂੰ ਮਰਵਾਉਂਦੇ ਤੇ ਅੱਤਵਾਦੀਆਂ ਨਾਲ ਰਲੇ ਹੋਏ ਨੇ, ਅੱਜ ਉਹ ਵੱਖ ਵੱਖ ਪਾਰਟੀਆਂ 'ਚ ਨੇ। ਇਹਦੇ 'ਚ ਮੈਂ ਕਹਾਂਗਾ, ਤੁਸੀਂ ਗੱਲ ਕੀਤੀ ਆ, ਜਿਹੜੀ ਐਸੀ ਲੀਡਰਸ਼ਿਪ ਹੈ ਸਾਡੀ ਦੁਆਬੇ ਦੀ, ਚਾਹੇ ਸੰਤੋਖ ਸਿੰਘ ਦੀ ਵਾਈਫ ਦਾ ਕੀ ਕਸੂਰ ਹੈ, ਉਹਨੂੰ ਟਿਕਟ ਕਿਉਂ ਨਹੀਂ ਦਿੱਤੀ? ਇਹ ਮੈਂ ਕੁਐਸਚਨ ਕਰਦਾ, ਅੱਜ ਵੀ ਕਰਨਾ, ਕਿਉਂਕਿ ਉਹਦਾ ਜਿਹੜਾ ਘਰਵਾਲਾ ਸੀ ਉਹ ਚੌਧਰੀ ਸੰਤੋਖ ਸਿੰਘ, ਉਹ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਉਹ ਦਮ ਤੋੜ ਗਿਆ, ਬਜਾਏ ਉਹਨੂੰ ਰਿਵਾਰਡ ਦੇਣ ਦੀ, ਇੱਕ ਉਹਨੇ ਮੈਂ ਸਮਝਦਾ ਕਾਂਗਰਸ ਲਈ ਉਹਨੇ ਸ਼ਹੀਦੀ ਉਹ ਪਾਈ ਆ, ਆਪਾਂ ਜੇ ਮੰਨ ਲਈਏ, ਉਹਨੂੰ ਜਲੀਲ ਕੀਤਾ ਗਿਆ ਔਰਤ ਨੂੰ ਕਾਂਗਰਸ ਦੇ ਲੀਡਰਾਂ ਨੇ, ਉਹ BJP 'ਚ ਤਾਂ ਗਈ ਹੈ, KP ਸਾਹਿਬ ਨੂੰ ਜਲੀਲ ਕੀਤਾ ਤਾਂ ਉਹ ਦੂਸਰੇ ਪਾਸੇ ਗਿਆ, ਇਹ ਤਾਂ ਮੇਰੇ ਵਰਗਾ ਖੜ੍ਹਾ ਜੀ, ਸਾਨੂੰ ਵੀ ਡੀ ਤੋਂ ਬਾਹਰ ਰੱਖਣਾ ਚਾਹੁੰਦੇ ਹਾਂ, ਔਰ ਮੈਂ ਜਲੀਲ ਕੀਤਾ ਜਾਂਦਾ, ਮੈਂ ਕਹਿੰਦਾ ਇਹ ਜਿਹੜੀ ਇਹ ਚਾਹੁੰਦੇ ਨੇ ਨਾ ਵੀ ਜਿਹੜੇ ਪਾਪੂਲਰ ਲੀਡਰ ਨੇ ਜਿਹਨਾਂ ਨੂੰ ਲੋਕ ਪਿਆਰ ਕਰਦੇ ਨੇ, ਕਾਂਗਰਸ 'ਚੋਂ ਡੀ 'ਚੋਂ ਬਾਹਰ ਰਹਿਣ, ਜਿਹੜੇ ਦੂਸਰੇ ਬਾਰੇ ਸੋਚਦੇ ਆ ਕਹਿੰਦਾ ਡੀ 'ਚੋਂ ਬਾਹਰ, ਲੋਕ ਉਹਨਾਂ ਨੂੰ ਬਾਹਰ ਕਰ ਦੇਣਗੇ, ਜਿਹੜਾ ਕਿਸੇ ਦੀ ਖੂਹ ਪੱਟਦਾ ਉਹਨੂੰ ਕਿਸੇ ਨੂੰ ਗੇਰਨ ਲਈ, ਉਹ ਕਹਿੰਦੇ ਨੇ ਵੀ ਇਹਨਾਂ ਨੂੰ ਖਤਮ ਕਰੋ ਪੋਲੀਟੀਕਲੀ, ਉਹ ਅਸੀਂ ਖਤਮ ਨਹੀਂ ਹੋਣਾ ਕਿਉਂਕਿ ਅਸੀਂ ਲੋਕਾਂ ਦੇ ਲੀਡਰ ਹੈ, ਇਹ ਤਾਂ ਚਾਂਸ ਨਾਲ MLA MP ਬਣ ਜਾਂਦੇ ਨੇ ਜਾਂ ਪੈਸੇ ਦੇ ਜ਼ੋਰ ਨਾਲ ਟਿਕਟਾਂ ਲੈ ਲੈਂਦੇ ਨੇ, ਇਸ ਕਰਕੇ ਲੋਕ ਇਹਨਾਂ ਨੂੰ ਕਦੇ ਬਰਦਾਸ਼ਤ ਉਹ ਨਹੀਂ ਕਰਨਗੇ ਬਿਲਕੁਲ ਵੀ, ਜਿਹੜੇ ਖਾਸ ਤੌਰ 'ਤੇ ਦਲ ਬਦਲੂ ਆ।